আসসালামু আলাইকুম গাইজ, কি হাল? ঠিকঠাক আছে? প্রিয় ঠিক আর আজ নিয়ে আপনার ডাক্তার জানা ব্যক্তি और आज सारे लगे हुए ने अस्सलाम वालेकुम सारे सफाइयां करा ਆਣੂ ਤੇ ਜੜਿਆ ਪੱਖੇ ਦਾ ਛਾਪਰ ਜਿਹਾ ਲਾਇਆ ਹੋਇਆ ਸੀ ਕਿ ਭਾਈ ਆਪਣਾ ਕਲਰ ਤੋਂ ਬਚ ਜਾ। ਉਹ ਧਿਆਨ ਨਾਲ ਲਾਈ, ਥੱਲੇ ਸ਼ੀਸ਼ਾ ਨਾ ਤੋੜ ਦੇ। ਲਕਸ਼ਮਣ ਸਹੀ ਤਰ੍ਹਾਂ ਸਾਫ ਕਰ, ਸਹੀ ਤਰ੍ਹਾਂ ਸਹੀ 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 ਸੇ ਆ ਗਾਲੀਆ ਜਿਹੜਾ ਥੱਲੋਂ ਮਹਾਰਾਜ ਲਾਣ ਡਿਆ। ਚੱਲ ਇੱਧਰ ਸਾਫ ਕਰ, ਇੱਧਰ ਆ, ਇੱਧਰ ਆ। ਓ ਸ਼ੀਸ਼ਾ ਸਾਫ ਕਰ। ਹਾਂਜੀ ਭਾਈ ਦਾ ਲੱਗਦਾ ਆਏ, ਵੱਡੀ ਫਿਲਮ, ਸਾਰਿਆਂ ਤੋਂ ਵੱਡੀ ਫਿਲਮ ਹੈ। ਆ ਵੀ ਕਮਰੂ ਟਾਈਲਾਂ ਸਹੀ ਤਰ੍ਹਾਂ ਸਾਫ ਹੋਣੀਆਂ ਚਾਹੀਦੀਆਂ ਨੇ। ਬਿਲਕੁਲ ਡਨ ਡਨ। ਸਾਡਾ ਦਫ਼ਤਰ ਠੀਕ ਹੈ, ਬੰਦੇ ਸਾਰੇ ਕੰਮ ਕਰ ਰਹੇ ਨੇ। ਚੱਲ ਚੱਲ ਤੂੰ ਵੀ ਸਾਫ਼ ਕਰ ਉਹਨੂੰ। ਇਹ ਕੁਰਸੀਆਂ ਕਿਹਦੇ ਕੋਲ ਸਨ ਸਾਫ਼ ਕਰਨ ਵਾਸਤੇ? ਸਾਰੀ ਕਰਦੀ, ਮੈਂ ਚੈੱਕ ਕਰ ਲਿਆ ਤੇ ਸਾਫ਼ ਹੈ। ਪੱਕੀ ਗੱਲ ਸਾਫ਼ ਹੈ। ਲਓ ਜੀ ਇਹ ਬੰਦੇ ਨੇ ਕੀਤੀਆਂ ਕੁਰਸੀਆਂ ਸਾਫ਼, ਧਿਆਨ ਵੇਖਣੀਆਂ ਨੇ ਸਾਫ਼ ਹੈ ਜਾਂ ਨਹੀਂ। ਇੱਧਰ ਆ ਜ਼ਰਾ, ਹੁਣ ਤੈਨੂੰ ਆਵਾਂ ਸਾਫ਼ ਨੇ। ਐਵੇਂ ਸਾਰੀ ਮਿੱਟੀ ਹੈ ਜਾਂ ਨਹੀਂ? ਹੈ ਸਾ। ਚੱਲ ਤੂੰ ਕੀ ਅਖਬਾਰ ਦਾ ਬੇੜਾ ਗਰਕ ਕਰਨ ਡਿਆ? ਇਹਨੂੰ ਦਵਾ ਦਵਾ ਕੇ ਸਾਫ਼ ਕਰ ਤੇ ਸ਼ਾਵਰ ਨਾਲ ਥੋੜ੍ਹੀ ਹੋਣਾ ਹੈ ਬਈ। ਲੈ ਸ਼ਾਵਰ ਇੱਕ ਮਿੰਟ ਲਿਆ ਕੇ ਬਾਹਰੋਂ ਮਾਰ ਕੇ ਤੇ ਉਹਨੂੰ ਫੇਰ ਦੇ ਦੇ। ਸਵੇਰ ਦਾ ਲੱਗਿਆ ਸ਼ੀਸ਼ਾ ਸਾਫ਼ ਕਰਨ ਦੇ, ਉਹਦੇ ਕੋਲੋਂ ਸ਼ੀਸ਼ਾ ਸਾਫ਼ ਨਹੀਂ ਹੋਇਆ। ਪੱਖਾ ਉਸ ਦਿਨ ਸਾਫ਼ ਕੀਤਾ ਸੀ ਨਾ ਸਾਰਾ? ਹਾਂ, ਚਮਕਦਾ ਪਿਆ ਵੀ ਕੇਸਾ। ਸਾਡਾ ਦਫ਼ਤਰ ਇਨਸ਼ਾਅੱਲਾ ਮਜ਼ੀਦ ਤੁਹਾਨੂੰ ਵੀਡੀਓ ਬਣਾ ਬਣਾ ਕੇ ਅਸੀਂ ਦਿਖਾਵਾਂਗੇ। ਕੱਲ੍ਹ ਸ਼ਾਇਦ ਅਸੀਂ ਦੁਬਈ ਦਾ ਲਾਈਏ ਕੰਟੇਨਰ, ਕੰਟੇਨਰ ਤਾਂ ਵੀ ਤੁਹਾਨੂੰ ਇਨਸ਼ਾਅੱਲਾ ਪਾਵਾਂਗੇ। ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ। ਤੇਰੇ ਬੜੇ ਹਾਸੇ ਨਿਕਲਣ ਡਏ ਨੇ, ਆਹ ਬੜਾ ਹੱਸਦਾ ਪਿਆ ਯਾਰ। ਤੇ ਆਹ ਟਾਈਲਾਂ ਤੂੰ ਸਾਫ਼ ਕਰਨ ਡਿਆ ਨਾ? ਤੇ ਪੁੱਤਰ ਇੰਦਰ ਕਰ ਲੈ, ਇੰਦਰ ਮੈਂ ਵੇਖਦਾ ਵਾਂ ਟਾਈਲਾਂ ਕਿੰਨੀਆਂ ਕੁ ਸਾਫ਼ ਹੋਈਆਂ। ਠੀਕ ਹੈ, ਹੈਂ ਕਿੱਧਰ ਸੇ? तो इधर से मैंने थोड़ी गिराई है। हाँ, साडे चैनल नु लाइक करो, शेयर करो, कमेंट लाजमी करे। इंशाल्लाह।